ਭਰੀ ਸਟੇਜ ਤੋਂ ਪਹਿਲਾਂ ਗਾਲ ਤੇ ਫਿਰ ਸੌਰੀ ਇਹ ਗਾਲ ਉਸ ਗਿਲੇ ਦਾ ਉਸ ਸ਼ਿਕਵੇ ਦਾ ਸਬੂਤ ਹੈ ਜੋ ਕਾਂਗਰਸੀਆਂ ਨੂੰ ਆਪਣੀ ਹੀ ਸਰਕਾਰ ਤੋਂ ਹੈ ਤੇ ਇਹ ਸ਼ਿਕਵੇ ਹੁਣ ਸਰੇਆਮ ਭਰੀਆਂ ਸਟੇਜਾਂ ਤੋਂ ਹੋ ਰਹੇ ਨੇ ਹੋਰ ਤਾਂ ਹੋਰ ਸਰਕਾਰ ਤੋਂ ਹਤਾਸ਼ ਕਾਂਗਰਸੀ ਵਰਕਰਾਂ ਦੇ ਮੂੰਹੋਂ ਸਰੇਆਮ ਗਾਲਾਂ ਵੀ ਨਿਕਲ ਰਹੀਆਂ ਨੇ ਪਾਰਟੀ ਲੀਡਰਾਂ ਇੱਥੋਂ ਤੱਕ ਕਿ ਕੈਬਨਿਟ ਮੰਤਰੀਆਂ ਦੇ ਸਾਹਮਣੇ ਵੀ ਹੁਣ ਕਾਂਗਰਸੀ ਆਪਣੇ ਸ਼ਿਕਵੇ ਜ਼ਾਹਰ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅਜਿਹਾ ਹੀ ਹੋਇਆ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਮਾਗਮ 'ਚ 9 ਦਸੰਬਰ ਨੂੰ ਤਰਨ ਤਾਰਨ ਵਿੱਚ ਹੋਏ ਇੱਕ ਸਮਾਗਮ 'ਚ ਕਾਂਗਰਸੀ ਆਗੂ ਤੇ ਬਲਾਕ ਸਮਿਤੀ ਦੇ ਮੈਂਬਰ ਗੁਰਪਾਲ ਸਿੰਘ ਨੇ ਕਾਂਗਰਸ ਨੂੰ ਟਿੱਚਰਾਂ ਕਰਦਿਆਂ ਗਾਲ ਕੱਢ ਦਿੱਤੀ ਵਿਕਾਸ ਕਾਰਜਾਂ ਤੇ ਪੁਲਿਸ ਥਾਣਿਆਂ 'ਚ ਕਾਂਗਰਸੀਆਂ ਦੀ ਕੋਈ ਬੁੱਕਤ ਨਾ ਪੈਣ ਤੇ ਗੁਰਪਾਲ ਸਿੰਘ ਨੇ ਕਿਵੇਂ ਰੰਧਾਵਾ ਦੇ ਸਾਹਮਣੇ ਹੀ ਆਪਣੀ ਸਰਕਾਰ ਨੂੰ ਉਲਾਂਭੇ ਦਿੱਤੇ ਇੱਕ ਵਾਰ ਤੁਸੀਂ ਵੀ ਸੁਣੋ ਜੋ ਵੀ ਆਪਣਾ ਕੰਮ ਆ ਸਾਰਾ ਬੜਾ ਮਹਿਕਮਾ ਜਿੰਨਾ ਸਾਰਾ ਬੜੇ ਤਰੀਕੇ ਨਾਲ ਕਰ ਰਿਹਾ ਮੇਰਾ ਖਿਆਲ ਹੈ ਵੀ ਇੰਨੇ ਕੰਮ ਸਰਪੰਚਾਂ ਦੇ ਪਿੰਡ 'ਚ ਵੰਡਿਆ ਵੀ ਅਗਲੇ ਦੀ ਸਰਬਸੰਮਤੀ ਹੋਊ ਪਿੰਡਾਂ 'ਚ ਇਹੋ ਹੀ ਸਰਪੰਚ ਫਿਰ ਬਣ ਗਏ ਤੇ ਗ੍ਰਾਂਟ 3 ਸਾਲ ਹੋ ਗਏ ਸਰਕਾਰ ਦੇ ਖਿਲਾਫ ਗੱਲ ਨੀ ਕਰਨੀ ਰਾਣਾ ਜੀ ਕਹਿੰਦਾ ਬੋਲਿਓ ਨਾ ਕੰਮਾ ਨਹੀਂ ਬੋਲਦਾ ਆਪਾਂ ਕੋਈ ਗੱਲ ਨੀ ਜਿੰਨੇ ਵੀ ਕਾਂਗਰਸੀ ਵਰਕਰ ਆ ਕੋਈ ਪਿੰਡ ਦਾ ਜਿਹੜਾ ਬਹੁਤ ਬਾਰ ਵਸਕਰ ਹੈਗਾ ਨਾ ਕਾਂਗਰਸੀ ਵਰਕਰ ਐਸ ਐਚ ਓ ਪੁੱਛਣ ਤੋਂ ਬਿਨਾਂ ਨੀ ਕੰਮ ਕਰਦਾ ਵੀ ਜਿਹੜਾ ਕਾਂਗਰਸੀ ਸਰਪੰਚ ਆ ਜਾਂ ਬਲਾਕ ਪ੍ਰਧਾਨ ਆ ਉਹਨੂੰ ਪੁੱਛੋ ਕਿ ਪਿੰਡ ਜਾ ਕੰਮ ਵੇਖੋ ਪੁੱਛਣ ਤੋਂ ਬਿਨਾਂ ਪੁੱਛ ਲਈ ਆਪਣੇ ਪਿੰਡ ਜਾਂਦੀ ਬਿਲਕੁਲ ਸਹੀ ਜੇ ਹੁਣ ਮੈਨੂੰ ਉਹ ਨਾ ਤੁਸੀਂ ਬੜਾ ਬਾਅਦ ਬੋਲਿਆ ਪਿੰਡ ਕੁਛ ਗੁਰਪਾਲ ਸਿੰਘ ਤੋਂ ਬਾਅਦ ਇੱਕ ਹੋਰ ਕਾਂਗਰਸੀ ਆਗੂ ਨੇ ਸਟੇਜ ਸਾਂਭਦਿਆਂ ਗੁਰਪਾਲ ਦੇ ਸ਼ਿਕਵੇ ਤੇ ਮੋਹਰ ਲਗਾਉਂਦਿਆਂ ਪੂਰੇ ਪੰਜਾਬ ਦਾ ਇਹੋ ਹਾਲ ਹੋਣ ਦੀ ਗੱਲ ਕੀਤੀ ਹੈ ਮੇਰੇ ਧਿਆਨ ਕਰੋ ਹੁਣ ਇਹ ਕੋਈ ਆਪਣੇ ਇਕੱਲੇ ਹਲਕੇ ਦੀ ਗੱਲ ਨਹੀਂ ਕਿ ਜਿਹੜੀ ਤੁਸੀਂ ਸਾਡੇ ਤੇ ਰੋਸ ਕਰਦਾ ਜੇ ਪੂਰੇ ਪੰਜਾਬ ਦੀ ਗੱਲ ਆ ਤੇ ਤੁਸੀਂ ਬਲਾਕ ਪ੍ਰਧਾਨ ਦੇ ਮੌਜੂਦਾ ਗੱਡੀ ਮਿੰਟ ਬਲਾਕ ਦਾ ਤੁਸੀਂ ਚੰਡੀਗੜ੍ਹ ਮੀਟਗੜ੍ਹ ਵੀ ਜਾਂਦੇ ਜੇ ਇਹ ਤੁਸੀਂ MLA ਦੇ ਤਾਂ ਤੁਸੀਂ ਹਟਕੋਰੇ ਸੁੱਟੋ ਨਾ ਜੇ ਆਪਣੇ ਇਕੱਲੇ ਤਰਨ ਤਾਰਨ ਹਲਕੇ ਦੀ ਗੱਲ ਹੋਵੇ ਜਾਂ ਖੈਰ ਕਾਰਨ ਜੋ ਵੀ ਹੈ ਪਰ ਕਾਂਗਰਸੀ ਆਗੂ ਵੱਲੋਂ ਭਰੀ ਸਟੇਜ ਤੋਂ ਇੰਜ ਗਾਲਾਂ ਕੱਢੇ ਜਾਣਾ ਕਿਸੇ ਵੀ ਲਿਹਾਜ਼ ਦੇ ਨਾਲ ਠੀਕ ਨਹੀਂ ਹੈ ਪਰ ਲੱਗਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਤਾਂ ਜਿਵੇਂ ਗਾਲਾਂ ਕੱਢਣ ਦਾ ਰਿਵਾਜ਼ ਹੀ ਆ ਗਿਆ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਵੱਲੋਂ ਵੀ ਅਧਿਆਪਕਾਂ ਨੂੰ ਸਰੇਆਮ ਗਾਲਾਂ ਕੱਢੀਆਂ ਗਈਆਂ ਸੀ ਤਰਨ ਤਾਰਨ ਤੋਂ ਵਿਜੇ ਕੁਮਾਰ ਜਗਬਾਣੀ TV